ये का ड्राइवर गड्डी वेखदी पई आ केड़ा मॉडल है भाई ये 2010 मॉडल है जी आर्मी अफसर दे नाम ते कार है ये लोकल जलंधर ट्रांसफर हो चुकी है और कार दी तुसी कंडीशन देख सकते हो बिल्कुल ब्रांड न्यू टायर लगे ने इन्नू और अज तक कितों भी ये अलॉय तक दे उत्ते कोई स्क्रैच नहीं है ईवन कि इहदा फुटरेस्ट तुसी चेक कर सकते हो नेड़े होके ईवन कि फुटरेस्ट के उपर भी तुहानू कोई स्क्रैच डेंट नहीं मिलेगा वाकई है नहीं सारी ही ओरिजिनल पेंट की कार है कितों भी अज तक पेंट नहीं है कितने रिम के उत्ते कितने टायर के उत्ते भी कोई निशान नहीं है मैं समझता ही पहला खरिया भाई आ पेंट हुई है गड्डी एक बार ना 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 कितों भी पेंट नहीं है जी अज तक सारी ही ओरिजिनल कार है तुम जिथे मर्जी चैक करा सकते हो गड्डी चैक करा सकते हो गड्डी का मीटर चैक करा सकते हो दोनों चाबियां तुहानू नाल मिलणगियां इंश्योरेंस तुहानू कार की प्रॉपर फुल मिलेगी हाँ मीटर की पेंट की इंश्योरेंस की हर एक चीज़ नाल दोनों चाबियां नाल ने तुम अंदर इंटीरियर चैक करो कार का आप ही कहोगे कि वाकई कार है जिन्हों कार कह सकते हैं आप ईवन कि तुम पिछलियां सीटा के उपर एक बार कैमरा मार के देखो तुम देखो जिदा अज तक कोई पिछे बैठा ही नहीं कार देख रहे हो जी कार बिल्कुल जिदा अपने घर का सोफा सीट है बिल्कुल बिल्कुल जी बिल्कुल कार की लोकल जलंधर के नाते साडे ट्रांसफर है जी ये गड्डी और अज तक मैं लगता नो क्लेम बोनस है इंश्योरेंस है कितों भी कोई टचिंग कोई पेंट कोई साबित कर दे कार का असी डबल पैसे दे के भेजांगे जी ये डबल पैसे दे लो बिल्कुल जी बिल्कुल कोई पेंट साबित कर दे कार का असी दुगने पैसे दे के तोरांगे मीटर च फर्क कर दे तां भी दुगने पैसे देंगे जी लो भी एक तो गरंटी देती है भाई ने मीटर नहीं बैग होया गड्डी दा बिल्कुल पेंट ओरिजिनल आ हजे तक ते आ सैडां हजे तक भी मतलब नहीं लगियां कोई झरीट नहीं आई आ रिम भी चेक कर लियो गड्डी मतलब अंडा पीस ही पई आ यकीन मन्नो बकायदा अगे डिफेंस दा स्टिकर लगा होया ਤੁਸੀਂ ਇਹਨੂੰ ਕ੍ਰੋਸ ਚੈੱਕ ਕਰ ਸਕਦੇ ਹੋ ਕਿ ਵਾਕਈ ਕਿਸੇ ਅਫਸਰ ਨੇ ਕਾਰ ਰੱਖੀ ਹੈ ਔਰ ਬੱਚੇ ਅੰਗਰ ਰੱਖੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਲੋਗੋ ਲੱਗਾ ਹੋਇਆ ਤੇ ਆ ਸ਼ੀਸ਼ੇ ਆ ਚਾਰੇ ਸਾਰੇ ਸ਼ੀਸ਼ੇ ਨਾਲ ਦੇ ਆ ਕੋਈ ਸ਼ੀਸ਼ਾ ਚੇਂਜ ਨਹੀਂ ਹੈ ਈਵਨ ਕਿ ਫਰੰਟ ਸ਼ੀਸ਼ੇ ਦੇ ਉੱਤੇ ਵੀ ਤੁਸੀਂ ਕੈਮਰਾ ਮਾਰ ਕੇ ਦੇਖ ਲਓ ਇਹ ਵੀ 2010 ਮਾਡਲ ਦਾ ਹੀ ਹੈ ਬਿਲਕੁਲ ਜੈਨੂਇਨ ਹੋਰ ਜੋ ਕੁਝ ਤੁਸੀਂ ਜਾਣਕਾਰੀ ਚਾਹੁੰਦੇ ਹੋ ਮੇਰੇ ਕੋਲ ਆਓ ਤੁਹਾਨੂੰ ਮੈਂ ਕਾਰ ਸੰਬੰਧੀ ਹਰ ਚੀਜ਼ ਦੱਸਾਂਗਾ ਕਿਤੋਂ ਪੇਂਟ ਕਿਤੋਂ ਰੰਗ ਕੋਈ ਕਮੀ ਪੇਸ਼ੀ ਹੋਵੇ ਕਾਰ ਦੇ ਜ਼ਿੰਮੇਵਾਰ ਹਾਂ ਔਰ ਇਹ ਕਾਰ ਵੀ ਤੁਹਾਨੂੰ ਬਹੁਤ ਰੀਜ਼ਨੇਬਲ ਪ੍ਰਾਈਸ 4,75,000 ਰੁਪਏ ਦੀ ਦਿੱਤੀ ਜਾਏਗੀ 4,75,000 ਦੀ ਬਿਲਕੁਲ ਜੀ ਬਿਲਕੁਲ ਬਹੁਤ ਅੱਛੀ ਕਾਰ ਹੈ ਸਾਡੀ ਹਰ ਪੱਖੋਂ ਤਸੱਲੀ ਹੈ ਗੱਡੀ ਦੀ ਠੀਕ ਹੈ ਜੀ ਅਤੇ ਬਾਕੀ ਐਡਰੈਸ ਵਗੈਰਾ ਭਾਈ ਹੁਣਾਂ ਦਾ ਮੈਂ ਮੈਂਸ਼ਨ ਕਰ ਦੂੰਗਾ ਜਲੰਧਰ ਖੜੀ ਹੈ ਗੱਡੀ ਅਤੇ ਵਾਕਿਆ ਬਈ ਚਲਾ ਕੇ ਵੀ ਦੇਖੀ ਸਵਾਦ ਹੁੰਦਾ ਬਈ ਗੱਡੀ ਚਲਾ ਕੇ ਕਾਰ ਵੱਲੋਂ ਤੁਸੀਂ ਉਹਨਾਂ ਦੀ ਕਰੋ ਜੀ ਮਜ਼ਾ ਆਇਆ ਜੀ ਗੱਡੀ ਚਲਾ ਕੇ ਤੇ ਮੈਂ ਕਿਹਾ ਜੀ ਪਹਾੜੇ 'ਚ ਥੋੜ੍ਹੇ ਪੈਸਿਆਂ 'ਚ ਪੂਰੀ ਲਗਜ਼ਰੀ ਕਾਰ ਹੈ ਜੀ ਇਹ ਮਤਲਬ ਜਿਹਨੂੰ ਤੁਸੀਂ ਪੂਰੀ ਫੀਲਿੰਗ ਲੈ ਸਕਦੇ ਹੋ ਬਸ ਕਿ ਜਿੱਦਾਂ ਜਿੱਦਾਂ ਫੋਰਡ ਕੰਪਨੀ ਬੰਦ ਹੋ ਗਈ ਹੈ ਹਾਂਜੀ 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 ਇਹਦਾ ਮੰਨ ਲਓ ਸਮਾਨ ਜੇ ਖਰਾਬ ਹੋ ਜਾਵੇ ਤਾਂ ਕਿੱਥੋਂ ਮਿਲੂਗਾ ਕਿੱਦਾਂ ਮਿਲੂਗਾ ਦੇਖੋ ਜੀ ਕੰਪਨੀ ਜ਼ਰੂਰ ਬੰਦ ਹੋਈ ਹੈ ਪਰ ਕੰਪਨੀ ਦੇ ਡਿਸਟ੍ਰੀਬਿਊਟਰ ਜਿੰਨੇ ਵੀ ਨੇ ਸਾਰੇ ਨੇ ਮੌਕੇ ਤੇ ਹਾਜ਼ਰ ਨੇ ਜੋ ਵੀ ਕਿਸੇ ਵੀ ਕਾਰ ਦਾ ਕੋਈ ਸਮਾਨ ਚਾਹੀਦਾ ਇਹ ਆ ਹੁਣ ਤੇ ਵੈਸੇ ਵੀ ਫੋਰਡ ਦੁਬਾਰਾ ਲਾਂਚ ਹੋ ਰਹੀ ਹੈ ਦੁਬਾਰਾ ਬਾਈ ਹਾਂ ਸੱਚ ਲਾਂਚ ਹੋ ਰਹੀ ਹੈ ਦੁਬਾਰਾ ਕੋਸ਼ਿਸ਼ਾਂ ਜਾਰੀ ਹੈ ਮਤਲਬ ਲਾਂਚ ਹੋ ਹੀ ਰਹੀ ਹੈ ਐਲਾਨ ਕਰਤਾ ਵਾ ਨਵੇਂ ਮਾਡਲ 'ਚ ਨਵੇਂ ਐਡੀਸ਼ਨ 'ਚ ਕਾਰ ਆ ਰਹੀ ਹੈ ਔਰ ਬਹੁਤ ਥੋੜੇ ਸਮੇਂ 'ਚ ਇੰਡੀਅਨ ਰੋਡ ਦੇ ਉੱਤੇ ਇਹ ਕਾਰ ਤੋਂ ਨਜ਼ਰ ਆਏਗੀ ਮਤਲਬ ਸਮਾਨ ਵਗੈਰਾ ਦੀ ਕੋਈ ਦਿੱਕਤ ਪਰੇ ਨਹੀਂ ਆਉਗੀ ਕੋਈ ਦਿੱਕਤ ਪ੍ਰੋਬਲਮ ਨਹੀਂ ਆਏਗੀ ਕਿਸੇ ਵੀ ਤਰ੍ਹਾਂ ਦੀ ਨਾ ਪਹਿਲਾਂ ਆਈ ਹੈ ਨਾ ਹੁਣ ਆਏਗੀ ਓਕੇ ਮਤਲਬ ਐਵੇਂ ਹੋਊਗਾ ਜੇ ਡਾਇਆ ਹੈ ਮਾਰਕੀਟ 'ਚ ਕਿ ਕੰਪਨੀ ਚਲ ਗਈ ਹੈ ਜੀ ਕੁਛ ਨਹੀਂ ਹੈ ਜੀ ਕੁਛ ਨਹੀਂ ਹੈ ਕਾਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਜਾਂ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਕਾਰ ਬਾਰੇ ਤੁਸੀਂ ਕਾਰ ਵੱਲੋਂ ਬੇਫਿਕਰ ਹੋ ਜਾਓ ਬਹੁਤ ਹੀ ਏ ਕਲਾਸ ਦੀ ਕਾਰ ਹੈ ਜਿਹੜਾ ਵੀ ਲੈ ਕੇ ਜਾਏਗਾ ਯਾਦ ਕਰੇਗਾ ਕਾਰ ਹੈ ਬਾਕੀ ਕੋਈ ਗੱਲ ਨਹੀਂ ਮੈਂ ਸਕਰੀਨ ਤੇ ਨੰਬਰ ਵਗੈਰਾ ਦੇ ਦੂੰਗਾ ਤੇ ਬਾਈ ਉਹਨਾਂ ਨੂੰ ਸੰਪਰਕ ਕਰ ਲੈਣਗੇ ਬਿਲਕੁਲ ਜੀ ਬਿਲਕੁਲ ਕਾਰ ਸਹੀ ਗੱਲ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ